ਲੁਧਿਆਣਾ ਵਿੱਚ ਅੱਜ ਪਟਾਕਾ ਕਾਰੋਬਾਰੀ ਪੁਲਿਸ ਕਮਿਸ਼ਨਰ ਦਫ਼ਤਰ ਮਿਲ ਪੁੱਜੇ ਨੇ। ਪਟਾਕਾ ਕਾਰੋਬਾਰੀਆਂ ਨੇ ਖੁਲਾਸਾ ਕੀਤਾ ਕਿ ਇਸ ਵਾਰ ਦਾਣਾ ਮੰਡੀ ਵਿੱਚ ਇਹਨਾਂ ਲੋਕਾਂ ਦੀਆਂ ਦੁਕਾਨਾਂ ਡਰਾਅ ਦੇ ਜ਼ਰੀਏ ਕੱਢੀਆਂ ਨੇ। ਉਹਨਾਂ ਲੋਕਾਂ ਨੂੰ ਪਟਾਕੇ ਵੇਚਣ ਤੇ ਖਰੀਦਣ ਦੇ ਲਈ ਸੁਰੱਖਿਆ ਕਿਸ ਤਰ੍ਹਾਂ ਕਰਨੀ ਹੈ ਇਸ ਗੱਲ ਦਾ ਕੋਈ ਗਿਆਨ ਨਹੀਂ ਮਿਲਿਆ। ਕੁਝ ਲੋਕ ਤਾਂ ਹੁਣ ਵੀ ਡਰਾਅ ਵੱਲੋਂ ਨਿਕਲੇ ਦੁਕਾਨਾਂ ਦੇ ਅੱਗੇ 4 ਤੋਂ 5 ਲੱਖ ਰੁਪਏ ਵਿੱਚ ਇਹਨਾਂ ਦੁਕਾਨਾਂ ਨੂੰ ਵੇਚ ਰਹੇ ਨੇ। ਸ਼ਰੇਆਮ ਦਾਣਾ ਮੰਡੀ ਵਿੱਚ ਪਟਾਕਿਆਂ ਦੀ ਦੁਕਾਨ ਦੀ ਬਲੈਕ ਸੇਲਿੰਗ ਹੋ ਰਹੀ ਹੈ। ਜਾਣਕਾਰੀ ਦਿੰਦੇ ਹੋਏ ਪਟਾਕਾ ਕਾਰੋਬਾਰੀ ਅਸ਼ੋਕ ਥਾਪੜ ਨੇ ਕਿਹਾ ਕਿ ਲੁਧਿਆਣਾ ਫਾਇਰ ਵਰਕਰ ਐਸੋਸੀਏਸ਼ਨ ਦੇ ਵੱਲੋਂ 2016 ਦੇ ਵਿੱਚ 4 ਦੁਕਾਨਾਂ ਲੱਗੀਆਂ ਸਨ। ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਅਦ ਪੂਰੇ ਪੰਜਾਬ ਵਿੱਚ 20% ਦੁਕਾਨਾਂ ਇਸ ਨੂੰ ਕਰ ਦਿੱਤਾ ਗਿਆ ਸੀ। ਟੀਵਿਨ 13 ਇੰਡੀਆ ਦੇ ਲਈ ਬਿਊਰੋ ਰਿਪੋਰਟ। ਅੱਜ ਸ਼ੁਭਮ ਅਫਸਰ ਡੀਸੀਪੀ ਜਿਹੜੇ ਲੁਧਿਆਣਾ ਦੇ ਹੈ ਉਹਨਾਂ ਨੂੰ ਮਿਲੇ ਹੈ। ਸੀਪੀ ਸਾਹਿਬ ਨੇ ਕਿਹਾ ਸੀ ਉਹਨਾਂ ਨਾਲ ਮੁਲਾਕਾਤ ਕਰ। ਜਿਹੜੀ ਐਸੋਸੀਏਸ਼ਨ ਹੈ ਲੁਧਿਆਣਾ ਫਾਇਰ ਵਰਕ ਐਸੋਸੀਏਸ਼ਨ ਜਿਹਦੇ 30-40 ਮੈਂਬਰ ਆ ਉਹਦੇ ਵਿੱਚ, ਉਹ ਹਰ ਸਾਲ 30-30 ਸਾਲ ਹੋ ਗਏ ਉਹਨਾਂ ਪਟਾਕਿਆਂ ਦਾ ਕੰਮ ਕਰਦੇ, ਪਰ ਕੋਈ ਲੋਕ 500 ਰੁਪਏ ਦੀ ਫਾਈਲ ਲੈ ਕੇ ਪਰਚੀ ਪਾ ਰਹੇ ਹੈ, ਉਹ ਨਿਕਲ ਜਾਂਦੀ ਹੈ। ਉਹਨਾਂ ਨੂੰ ਪਤਾ ਨਹੀਂ ਕਿ ਇਹ ਪਟਾਕਾ ਕੀ ਹੈ। ਉਹ ਸਾਬਤ ਕਰਦੇ ਨੇ 500 ਆਈਟਮ ਹੈ, 500 ਆਈਟਮ ਜੇ ਉਹਨਾਂ ਨੇ ਲੋਕੀ ਦਰਜਨਾਂ ਦਾ ਕੌੜੀਆਂ ਦਾ ਰੇਟ ਦੱਸਦੇ ਹੈ, ਪਰ ਉਹ ਦੇਖਦੇ ਹਨ ਕਿਸ ਦਾ ਰੇਟ ਹੈ ਇਹ। ਉਹ 10 ਦਿਨ ਜਿਨ੍ਹਾਂ ਦੀ ਪਰਚੀਆਂ ਨਿਕਲਦੀਆਂ ਉਹਨਾਂ ਨੇ ਬਲੈਕਮੇਲ ਕਰ ਰਹੇ ਹੈ। ਕੋਈ 4 ਲੱਖ ਮੰਗਦਾ, ਕੋਈ 5 ਲੱਖ ਮੰਗਦਾ। ਜਿਹੜੇ ਐਸੋਸੀਏਸ਼ਨ ਦੇ ਵਪਾਰੀ ਉਹ ਕਿੱਥੇ ਜਾਣ? ਜਨਵਰੀ ਦਾ ਪਟਾਕਾ ਲਿੱਤਾ ਹੈ, ਅਕਤੂਬਰ 'ਚ ਜਾ ਕੇ ਵੇਚਣਾ। ਇਹ ਸਾਂਝਾ ਤਿਉਹਾਰ ਹੈ ਹਿੰਦੂ ਸਿੱਖ ਮੁਸਲਿਮ ਈਸਾਈ, ਔਰ ਸਾਂਝਾ ਤਿਉਹਾਰ ਦੇ ਵਿੱਚ ਲੋਕਾਂ ਨੂੰ ਖੁਸ਼ਹਾਲੀ ਵਰਤਣੀ ਚਾਹੀਦੀ ਹੈ। ਇਸ ਤਾਂ ਅਸੀਂ ਹੱਕ ਦੇ ਵਿੱਚ ਹੈ। ਜਿਹੜੀ ਸਾਡੀ ਐਸੋਸੀਏਸ਼ਨ ਹੈ ਥਾਪਰ ਲੁਧਿਆਣਾ ਫਾਇਰਵਰ ਐਸੋਸੀਏਸ਼ਨ, ਇਹ ਹਮੇਸ਼ਾ ਲੁਧਿਆਣੇ ਨੂੰ ਤਰੱਕੀ ਤੇ ਲੈ ਕੇ ਜਾਣਾ ਚਾਹੁੰਦੀ ਹੈ। ਕੋਈ ਹੈਪਨਿੰਗ ਨਾ ਹੋ ਸਕੇ, ਆਸ਼ਵਾਸਨ ਇਹ ਦੇ ਦੇ ਕਿ ਅਸੀਂ ਪਰਚੀਆਂ ਨੂੰ ਪਾਉਣ ਤੋਂ ਰੋਕ ਨਹੀਂ ਸਕਦੇ, ਨਹੀਂ ਰੋਕ ਸਕਦੇ, ਪਰ ਜਿਨ੍ਹਾਂ ਨੂੰ ਐਕਸਪੀਰੀਅੰਸ ਹੈ ਉਹਨਾਂ ਤੋਂ ਰੋਕ ਸਕਦੇ ਹਾਂ। ਦੂਸਰੀ ਗੱਲ ਹੈ ਜਿਹੜੇ ਬਲੈਕ ਕਰਦੇ ਆ, 3 ਲੱਖ 4 ਲੱਖ ਜਿਨ੍ਹਾਂ ਦੀ ਪਰਚੀ ਨਿਕਲ ਕੇ 4-4-5 ਲੱਖ ਦੀ ਡਿਮਾਂਡ ਕਰਦੇ ਆ, ਉਹਨਾਂ ਨੂੰ ਰੋਕਿਆ ਜਾਵੇ ਤਾਂ ਕਿ ਐਸੋਸੀਏਸ਼ਨ ਆਪਣਾ ਕੰਮ ਕਰ ਸਕੇ, ਪਟਾਕਾ ਜਿਹੜਾ ਲਿੱਤਾ ਉਹ ਵੇਚ ਸਕਣ। ਅੱਜ ਬੇਸਿਕਲੀ ਸਾਡੇ ਪਾਸ ਪਟਾਕਾ ਐਸੋਸੀਏਸ਼ਨ ਦੇ ਕੁਝ ਲੋਕ ਆਏ ਔਰ ਉਹਨਾਂ ਨੇ ਇਹ ਅਲਿਜ ਕੀਆ ਕਿ ਯਹਾਂ ਪਰ ਜੋ ਹੈ ਵੇ ਜੋ ਜਿਨਕੋ ਡਰੋਜ ਅਲਾਟ ਹੋਏ ਲਗਭਗ 64 ਸ਼ਾਪਸ ਜੋ ਥੀ ਵੋ ਕੱਲ ਅਲੋਕੇਟ ਹੋਈ ਟ੍ਰਾਂਸਪੇਰੈਂਟ ਪ੍ਰੋਸੈਸ ਕੇ ਜ਼ਰੀਏ ਔਰ ਪ੍ਰੋਪਰ ਵੀਡੀਓਗ੍ਰਾਫੀ ਕਰਨੀ। ਤੋ ਇਹਨਾਂ ਨੇ ਅਲਿਜ ਕੀਆ ਕਿ ਜਿਨਕੋ ਸ਼ਾਪਸ ਅਲਾਟ ਹੋਈ ਹੈ ਵੋ ਆਗੇ ਉਸਨੂੰ ਉਸਕੀ ਖਰੀਦ ਫਰੋਖਤ ਕਰ ਆਗੇ ਉਸਕੋ ਫਰਦਰ ਸੇਲ ਆਊਟ ਕਰ। ਤੋ ਜਿਸ ਪਰ ਪ੍ਰਸ਼ਾਸਨ ਨੇ ਉਨਕੋ ਇਹ ਭਰੋਸਾ ਦਿਲਾਇਆ ਕਿ 21 ਤਾਰੀਖ ਸੇ ਸਾਰੀ ਦੁਕਾਨਾਂ ਸ਼ੁਰੂ ਹੋਣੀਆਂ ਚਾਹੀਦੀਆਂ और जो भी जिसको भी ये दुकान अलॉट हुई है सिर्फ वही उस दुकान को चला सकते हैं। और इसके लिए प्रशासन भी अपनी तरफ से बार बार चेकिंग करेगा और एसोसिएशन ने ये आश्वासन दिया कि एसोसिएशन भी अपने पद्धर पे अपने लेवल पे इस बात को इंश्योर करेगी कि जो जिनको बाकी अलॉट हुई है वही दुकानें चलाएं। और हमने भी इनको ये बोला और इसके साथ साथ हमने इनको ये भी सख्त इनको हिदायत दी है और मीडिया के राही में लोगों को यही कहना चाहता हूँ कि जो जिनको भी दुकानें अलॉट हुई है वो वहाँ पर प्रॉपर सर्टिफिकेट अपना दुकान पर लगाएंगे और उसमें उनकी प्रॉपर फोटोग्राफ हो और जिसको अलॉट हुई है वो वहाँ पर खुद हाजिर मिले जबकि चेक जब वहाँ पर चेक हुई।